फुआद मिर्जा पिछले 20 साल तो घोड़ सवारी या इक्वेस्ट्रियन ओलंपिक लई क्वालीफाई करने वाले ਉਹ ਪਹਿਲੇ ਭਾਰਤੀ ਘੋੜ ਸਵਾਰ ਹਨ ਤੇ ਨਾਲ ਹੈ ਉਹਨਾਂ ਦੀ 2.5 ਕਰੋੜ ਦੀ ਘੋੜੀ ਡਿਆਰਾ ਫੁਆਦ ਪਹਿਲੇ ਘੋੜ ਸਵਾਰ ਹਨ ਜਿਨ੍ਹਾਂ ਨੇ ਏਸ਼ੀਅਨ ਗੇਮਸ ਵਿੱਚ ਵੀ ਮੈਡਲ ਜਿੱਤਿਆ ਸੀ ਪਰ ਘੋੜ ਸਵਾਰੀ ਨੂੰ ਕਰੀਅਰ ਬਣਾਉਣਾ ਫੁਆਦ ਲਈ ਇੱਕ ਚੁਣੌਤੀ ਭਰਿਆ ਕੰਮ ਰਿਹਾ ਹੈ ਪਰਹੈਪਸ ਇਟਸ ਪਰਸੈਪਸ਼ਨ ਐਂਡ ਆਲਸੋ ਦੀ ਐਕਸਪੈਂਸ ਇਹ ਮਹਿੰਗਾ ਖੇਡ ਹੈ ਅਤੇ ਵੱਡੀ ਰੁਕਾਵਟ ਵੀ ਹੈ ਘੋੜਿਆਂ ਦੀ ਮੇਨਟੇਨੈਂਸ ਤੇ ਕਾਫੀ ਪੈਸਾ ਲੱਗਦਾ ਹੈ ਚੈਂਪੀਅਨਸ਼ਿਪ ਵਿੱਚ ਖੇਡਣ ਲਾਇਕ ਘੋੜਾ 2 ਕਰੋੜ ਦੇ ਆਲੇ ਦੁਆਲੇ ਦਾ ਹੁੰਦਾ ਹੈ ਇਹ ਰਕਮ ਵੱਡੀ ਹੈ ਇਸ ਤੋਂ ਇਲਾਵਾ ਭਾਰਤ ਵਿੱਚ ਵੱਡੇ ਕੰਪੀਟੀਸ਼ਨ ਨਹੀਂ ਹੁੰਦੇ ਤਾਂ ਐਕਸਪੋਜ਼ਰ ਕਿਵੇਂ ਮਿਲੇਗਾ ਲੈਕ ਆਫ ਐਕਸਪੋਜ਼ਰ ਟੂ ਕੰਪੀਟੀਸ਼ਨਸ ਦ ਬੈਸਟ ਰਾਈਡਰਸ ਵਿਦ ਦ ਫਾਈਨੈਸਟ ਹਾਰਸਿਸ ਐਂਟਰ ਦੀਸ ਕੰਪੀਟੀਸ਼ਨ ਫਲੈਸ਼ਬੈਕ 'ਚ ਜਾਈਏ ਤਾਂ ਇਹ ਘੋੜੇ ਤੇ ਘੋੜ ਸਵਾਰ ਰਾਜੇ ਰਜਵਾੜਿਆਂ ਤੇ ਜੰਗ ਦੀ ਯਾਦ ਦਿਲਾਉਂਦੇ ਹਨ ਪਰ ਮਾਡਰਨ ਜ਼ਮਾਨੇ 'ਚ ਘੋੜ ਸਵਾਰੀ ਇੱਕ ਹੋਰ ਤਰ੍ਹਾਂ ਦੀ ਜੰਗ ਮਤਲਬ ਓਲੰਪਿਕ ਦਾ ਅਹਿਮ ਹਿੱਸਾ ਬਣ ਚੁੱਕੀ ਹੈ ਇਹ 1968 ਓਲੰਪਿਕ ਦੀ ਝਲਕੀਆਂ ਹਨ ਸਮਾਂ ਜ਼ਰੂਰ ਬਦਲਿਆ ਹੈ ਪਰ ਘੋੜ ਸਵਾਰੀ ਨਹੀਂ ਘੋੜ ਸਵਾਰੀ ਉਹ ਵਿਲੱਖਣ ਖੇਲ ਹੈ ਜਿਸ ਵਿੱਚ ਜਿੱਤ ਲਈ ਜਾਨਵਰ ਯਾਨੀ ਘੋੜੇ ਤੇ ਘੋੜ ਸਵਾਰ ਦੋਨਾਂ ਦੀ ਪਰਫਾਰਮੈਂਸ ਵਧੀਆ ਹੋਣੀ ਚਾਹੀਦੀ ਹੈ ਤੇ ਦੋਨਾਂ ਦਾ ਰਿਸ਼ਤਾ ਵੀ ਜਿੱਦਾਂ ਫੁਆਦ ਦਾ ਆਪਣੀ ਘੋੜੀ ਡਿਆਰਾ ਨਾਲ ਹੈ She's a very, very sweet-natured, kind horse. Diara बहुत प्यारी घोड़ी है मैं उस नाल बहुत प्यार करता हाँ उम्मीद है वो भी करती है You know what we do out there is risky, it's dangerous. घोड़सवारी खतरनाक खेड है ਤੁਹਾਡੇ ਅਤੇ ਘੋੜੇ ਦੇ ਵਿਚਾਲੇ ਬਿਹਤਰੀਨ ਤਾਲਮੇਲ ਹੋਣਾ ਜ਼ਰੂਰੀ ਹੈ ਇੱਕ ਚੰਗੀ ਪਾਰਟਨਰਸ਼ਿਪ ਦੀ ਤਰ੍ਹਾਂ ਕਹਿ ਸਕਦੇ ਹਾਂ ਕਿ ਇਹ ਇੱਕ ਰਿਲੇਸ਼ਨਸ਼ਿਪ ਵਿੱਚ ਹੋਣ ਵਰਗਾ ਹੈ Or some even might call it a relationship. ਟੋਕਿਓ ਓਲੰਪਿਕ ਵਿੱਚ ਫੁਆਦ ਦੇ ਨਾਲ ਨਜ਼ਰਾਂ ਉਹਨਾਂ ਦੀ 2.5 ਕਰੋੜ ਦੀ ਘੋੜੀ ਡਿਆਰਾ ਤੇ ਵੀ ਟਿਕੀਆਂ ਹੋਣਗੀਆਂ ਜਿਸ ਨੂੰ ਉਹ ਬਹੁਤ ਲਾਡ ਕਰਦੇ ਹਨ ਆਖਿਰ ਜਿੱਤਣਾ ਹੈ ਤਾਂ ਡਿਆਰਾ ਨੂੰ ਖੁਸ਼ ਰੱਖਣਾ ਫੁਆਦ ਲਈ ਆਪਣੀ ਟ੍ਰੇਨਿੰਗ ਜਿੰਨਾ ਹੀ ਜ਼ਰੂਰੀ ਹੈ ਵੰਦਨਾ BBC News, Delhi.